ਚੱਲ ਭਾਈ ਲਾਈਵ ਹੋਏ ਸੀਗੇ, ਬਹੁਤ ਸਾਰਿਆਂ ਦੇ ਮੈਸੇਜ ਕਮੈਂਟ ਮੈਂ ਦੇਖੇ ਫੇਸਬੁੱਕ ਪੇਜ ਤੇ, ਲੋਕ ਭੈਣ ਚੋਦ ਕਹਿੰਦੇ ਵੀ ਤੁਸੀਂ ਬੱਚੋ ਕਹਿੰਦੇ ਵੀ ਤੁਸੀਂ ਪੋਲੀਟੀਕਲ ਜਾ ਕੇ ਕੀ ਲੈਣਾ, ਤੁਸੀਂ ਐਵੇਂ ਕੀ ਲੈਣਾ। ਉਹ ਭੈਣ ਚੋਦੋ ਤੁਹਾਨੂੰ ਪਤਾ ਹੋਣਾ ਚਾਹੀਦਾ, ਭੈਣ ਚੋਦ ਆਪਣਾ ਪੰਜਾਬ ਕਿਵੇਂ ਤਰੱਕੀ ਕਰੂਗਾ, ਤੁਹਾਨੂੰ ਭੈਣ ਚੋਦੋ ਇਹ ਗੱਲ ਦਾ ਪਤਾ, ਜਮਾ ਨੀ ਅੰਦਾਜ਼ਾ ਹੈਗਾ। ਲੰਨ ਫੜ ਲਓ ਤੁਸੀਂ ਭੈਣ ਚੋਦੋ ਰੋਮਾਂਟਿਕ ਗੱਲਾਂ, ਜਾਂ ਤੁਸੀਂ ਫਣੀ ਗੱਲਾਂ ਤੇ ਬੰਦਾ ਸੀਮਤ ਨੀ ਹੋਣਾ ਚਾਹੀਦਾ, ਤੁਹਾਨੂੰ ਭੈਣ ਚੋਦੋ ਅਸਲੀਅਤ ਦਾ ਹੀ ਪਤਾ ਹੋਣਾ ਚਾਹੀਦਾ। ਦੂਜਾ ਸਵਾਲ ਜਵਾਬ ਪਤਾ ਕੀ ਸੀਗਾ, ਦੂਜਾ ਸਵਾਲ ਜਵਾਬ ਦੱਸ, ਭੈਣ ਚੋਦੋ ਅਸੀਂ ਪੋਲੀਟੀਕਲ ਚ ਜਾਂਦੇ ਹਾਂ ਜਾਂ ਸਾਡੇ ਜਿਵੇਂ ਤੁਹਾਨੂੰ ਕਹਿ ਦਿੰਦੇ ਨੇ ਵੀ ਆਹ ਕੰਮ ਕਰਾਓ ਉਹ ਕਰਾਓ, ਜੇ ਭੈਣ ਚੋਦੋ ਸਾਨੂੰ ਕੋਈ ਜਾਣਦਾ ਹੋ ਸੀ ਤਾਂ ਹੀ ਕਿਸੇ ਦਾ ਕੰਮ ਕਰਾ ਸਕਦੇ ਹਾਂ, ਜੇ ਸਾਨੂੰ ਕੋਈ ਜਾਣਦੇ ਨਹੀਂ ਸੀ ਕਿਵੇਂ ਗੱਲ ਕਰਾ ਸਕਦਾ ਕੰਮ ਤੁਹਾਡੀ, ਤਾਂ ਉਹ ਗੱਲ ਆ। ਭੈਣ ਚੋਦੋ ਇੱਕ ਪੁਰਾਣੀ ਕਹਾਵਤ ਹੈ, ਕਹਿੰਦੇ ਜੇਠ ਨੂੰ ਜਿਹੜੀ ਕਹਿੰਦੇ ਕੀਸੀ ਨਾ ਪੜਵਾ ਲੂ, ਇੱਕ ਪੁਰਾਣੀ ਕਹਾਵਤ ਹੈ, ਕਹਿੰਦੇ ਉਹਦਾ ਮੰਨ ਕੇ ਚੱਲ ਜੀ ਕਰਦਾ ਸੀ ਦੇਣ ਨੂੰ, ਕਹਿੰਦੇ ਕੀਸੀ ਨਾ ਪੜਵਾ ਲਈ ਕਹਿੰਦੇ ਉਹਨੇ, ਪਰ ਜੇਠ ਨੂੰ ਨਹੀਂ ਦਿੱਤੀ। ਤੁਹਾਡੀ ਤਾਂ ਉਹ ਗੱਲ ਆ ਭੈਣ ਚੋਦੋ, ਵੀ ਤੁਸੀਂ ਸਾਨੂੰ ਇਹ ਚੀਜ਼ ਲੈਣ 'ਚ ਲੈ ਕੇ ਨਹੀਂ ਖੁਸ਼, ਭੈਣ ਚੋਦੋ ਹੋਰ ਜਿਹੜਾ ਤੁਹਾਨੂੰ ਮਰਜ਼ੀ ਲੁੱਟੀ ਜਾਵੇ, ਤੁਹਾਡੀ ਭੈਣ ਤੇ ਲੰਨ ਤੁਹਾਡੀ ਤਾਂ ਗੱਲ। ਭਗਵਾਨ ਨੇ ਕੀ ਕਰਿਆ, ਭਗਵੰਤ ਮਾਨ ਦੇ ਹੱਕ 'ਚ ਇੰਨਾ ਬੋਲਦੇ ਨੇ, ਉਹਨੇ ਕਰਿਆ ਕੀ ਆ, ਇੱਕ ਇੱਕ ਕੰਮ ਦੱਸ ਦੋ ਜਿਹੜਾ ਸੰਗਰੂਰ ਦਾ ਉਹਨੇ ਕਰਿਆ ਹੋਵੇ, ਇੱਕ ਵੀ ਕੰਮ। ਓਏ ਇਹਨਾਂ ਨੂੰ ਭੈਣ ਚੋਦੋ ਨੂੰ ਪਤਾ ਨਹੀਂ, ਅਸੀਂ ਭਗਵੰਤ ਮਾਨ ਨਾਲ ਭੈਣ ਚੋਦੋ ਨਾਲ ਰਹਿੰਦੇ ਰਹੇ ਹਾਂ, ਸਾਨੂੰ ਸਾਰਾ ਕੁਝ ਪਤਾ। ਤਿੰਨ ਚਾਰ ਦਿਨ ਹੋ ਗਏ ਕਪੂਰਥਲੇ ਗਏ ਸੀਗੇ, ਉੱਥੋਂ ਦੇ ਮੁੰਡੇ ਮਿਲੇ, ਉਹ ਕਹਿੰਦੇ ਬਾਈ ਸਾਡੇ ਕਹਿੰਦੇ ਕਾਲਜ 'ਚ ਕਹਿੰਦਾ ਕੁੜੀਆਂ ਕਹਿੰਦੀਆਂ ਨੇਗੀਆਂ ਵੀ ਉਹ ਕੋਟ ਦਿੰਦੇ ਜਿਹੜੇ ਉੱਧਰ ਸੰਗਰੂਰ ਏਰੀਏ ਦੇ ਮੁੰਡੇ ਨੇ, ਉਹ ਗਾਲਾਂ ਬਹੁਤ ਕੱਢਦੇ ਨੇ। ਕਿਹੜਾ ਭੈਣ ਚੋਦ ਕਹਿੰਦਾ ਪਹਿਲੇ ਗੱਲ ਤਾਂ ਅਸੀਂ ਗਾਲਾਂ ਕੱਢਦੇ, ਗਾਲ ਅਸੀਂ ਕਿਸੇ ਨੂੰ ਨੌ ਲੈ ਕੱਢਦੇ, ਗਾਲਾਂ ਕੱਢਦੇ ਹਾਂ ਅਸੀਂ, ਕੱਢਦੇ ਹਾਂ ਸਾਡੇ ਟੱਟੇ ਫੜ ਲਓ ਅਸੀਂ ਤਾਂ ਹੀ ਕੱਢਦੇ ਰਹਾਂਗੇ। ਦੂਜੀ ਗੱਲ ਮੈਂ ਹੋਰ ਕਹਿ ਦਿੰਦਾ, ਇਹ ਭੈਣ ਚੋਦ ਸਾਡਾ ਸੰਤਲੀ ਵਿਰਸਾ, ਸਾਡਾ ਸੰਤਲੀ ਵਿਰਸਾ, ਜਿਹਨਾਂ ਨੂੰ ਭੈਣ ਚੋਦੋ ਗਾਲਾਂ ਨੂੰ ਅਸੀਂ ਸੰਭਾਲ ਕੇ ਰੱਖਿਆ, ਤੁਹਾਡੀ ਕੁੜੀ ਦੀ ਫੁੱਦੀ ਮਾਰ ਲਾ, ਇਹ ਅਸਲੀ ਵਿਰਸਾ ਭੈਣ ਚੋਦੋ। ਬਾਹਰਲੇ ਦੇਸਾਂ 'ਚ ਗਾਲ ਪਤਾ ਕਿਵੇਂ ਕੱਢਦੇ ਨੇ, ਆਈ ਫੱਕ ਫੱਕ ਆਈ ਫੱਕ ਯੂ। ਭੈਣ ਚੋਦੋ ਜਦੋਂ ਮੈਂ ਉਹਦਾ ਪਤਾ ਕਰਿਆ ਵੀ ਫੱਕ ਯੂ ਦਾ ਮਤਲਬ ਕੀ ਹੁੰਦਾ, ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀਗਾ, ਫੱਕ ਮੈਨ ਐਂ ਕਰੀ ਜਾਂਦੇ ਨੇ ਅੱਗੇ ਬਾਹਰਲੇ ਕੁੜੀ ਜਿਹੜੇ ਪੰਜਾਬ ਤੋਂ ਗਈਆਂ ਹੋਈਆਂ ਨੇ ਬਾਹਰ, ਉਹ ਇਹ ਗਾਲ ਵਾਲੀ ਕੱਢਦੇ ਨੇ ਫੱਕ ਮੈਨ ਫੱਕ ਮੈਨ। ਜਦੋਂ ਮੈਂ ਜਾਣਨ ਦੀ ਕੋਸ਼ਿਸ਼ ਕਰੀ ਵੀ ਫੱਕ ਮੈਨ ਦਾ ਮਤਲਬ ਕੀ ਹੁੰਦਾ, ਮੈਂ ਕਿਸੇ ਬਾਹਰਲੇ ਮੁੰਡੇ ਤੋਂ ਪੁੱਛਿਆ, ਮੈਂ ਕਿਹਾ ਬਾਈ ਫੱਕ ਮੈਨ ਦਾ ਮਤਲਬ ਕੀ ਹੁੰਦਾ, ਮੈਂ ਕੋਈ ਚੰਗਾ ਸ਼ਬਦ ਹੁੰਦਾ, ਕਹਿੰਦਾ ਨਾ ਨਾ ਬਾਈ, ਕਹਿੰਦਾ ਕਹਿੰਦੇ ਬੰਦੇ ਨੂੰ ਫੜ ਕੇ ਮੇਰੇ ਚੱਕ ਚੱਕ ਮੈਨ। ਮੈਂ ਕਿਹਾ ਤੁਹਾਡੀ ਭੈਣ ਦੇ ਲਾਣਾ ਤੁਹਾਡੀ ਦੇ, ਮੈਂ ਕਿਹਾ ਇੰਨਾ ਗਲਤ। ਉਹ ਭੈਣ ਚੋਦੋ ਜਿਹੜਾ ਸਾਡੀਆਂ ਗਾਲਾਂ ਨੇ ਇਹ ਅਸਲੀ ਸੱਭਿਆਚਾਰਕ ਗਾਲਾਂ ਨੇਗੀਆਂ, ਇਹ ਭੈਣ ਦੇ ਲਾਣਾ ਤੁਹਾਡੀ ਦੇ, ਅਸੀਂ ਕਲਚਰ ਨੂੰ ਸੰਭਾਲ ਕੇ ਰੱਖਿਆ ਹੋਇਆ ਬਾਬਿਓ। ਤਾਂ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਇੱਕ ਕੁੜੀਆਂ ਨੂੰ ਹੋਰ ਬਹੁਤ ਗੱਲ ਕਹਿ ਦੇਣਾ ਚਾਹੁੰਦਾ, ਜ਼ਰੂਰੀ ਇਹ ਮੇਰੀ ਗੱਲ ਕੁੜੀਆਂ ਤੱਕ ਪਹੁੰਚਾ ਦਿਓ ਸਾਰੀਆਂ ਪੰਜਾਬ ਦੇ ਤੱਕ। ਅਸੀਂ ਜਿਹੜੇ ਦੋ ਬੰਦੇ ਕੋਟਦਨੇ, ਦੋ ਅਸੀਂ ਭਰਾ ਹੈ, ਮੈਂ ਤੇ ਪ੍ਰੋਡਿਊਸਰ, ਅਸੀਂ ਦੋਨੇ ਬਲਦਣਾ, ਚਾਹੇ ਸਾਡਾ ਨਾਰਕੋ ਟੈਸਟ ਕਰਾ ਲਓ, ਸਾਡਾ ਚਾਹੇ DNA ਟੈਸਟ ਕਰਾ ਲਓ, ਜਿਹੜੀਆਂ ਕੁੜੀਆਂ ਦੇ ਮੰਨ ਕੇ ਚੱਲ, ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਚੰਗੇ ਸਮਝਦੇ ਨੇ, ਉਹਨਾਂ ਨੇ ਚੋਨੂ ਮੋਨੂ ਵਰਗਿਆਂ ਨੂੰ ਚੰਗਾ ਸਮਝਦੇ ਨੇ, ਆਪਦੇ ਬੋਏਫ੍ਰੈਂਡਾਂ ਨੂੰ, ਹਰ ਇੱਕ ਮੁੰਡੇ ਦੇ ਘੱਟੋ ਘੱਟ ਚਾਰ ਚਾਰ ਪੰਜ ਪੰਜ ਗਰਲਫ੍ਰੈਂਡਾਂ ਨੇ ਬਾਬਿਓ। ਅਸੀਂ ਅੱਜ ਤੱਕਰ ਕੋਈ ਭੈਣ ਚੋਦਾ ਵਰਜਨ ਆ, ਪਿਓਰ ਵਰਜਨ, ਕੋਈ ਗਲਤ ਕੰਮ ਨਹੀਂ ਕਰਿਆ। ਨਾਰਕੋ ਟੈਸਟ ਦੇ ਵਿੱਚ DNA ਦੇ ਵਿੱਚ ਕਲੀਅਰ ਹੋ ਜਾਂਦਾ ਇਹ ਬੰਦੇ ਨੇ ਗ੍ਰਿਸਤ ਕਰਿਆ ਕਿ ਨਾ। ਅਸੀਂ ਗ੍ਰਿਸਤੀ ਧਾਰਨ ਜੀਵਨ ਦੇ ਵਿੱਚ ਗਏ ਨਹੀਂ ਗੇ, ਨਾ ਅਸੀਂ ਜਾਈਏ, ਨਾ ਅਸੀਂ ਵਿਆਹ ਕਰਾਈਏ, ਅੱਜ ਤਾਂ ਥੋੜ੍ਹੇ ਟਾਈਮ ਨੂੰ ਇਹ ਸੋਚਦਾ, ਅੱਜ ਤਾਂ ਭੈਣ ਚੋਦਾ ਸੰਤ ਬੰਦੇ, ਸੰਤ ਬੋਲਣ ਵਾਲੇ ਬੰਦੇ, ਭੈਣ ਚੋਦਾ ਸੰਤ ਨਾ ਸਵਾਈ ਐਵੇਂ ਹੁੰਦੇ ਨੇ, ਕੌੜੇ ਸੁਭਾਅ ਹੁੰਦੇ ਨੇ, ਕੁੜੀਆਂ ਨੇ ਇਹ ਗੱਲਾਂ ਬੁਰੀਆਂ ਲੱਗਦੀਆਂ ਨੇਗੀਆਂ। ਕਿੰਨੀਆਂ ਕੁੜੀਆਂ ਦੇ ਅਸੀਂ ਪੱਖ ਦੇ ਵਿੱਚ ਆਏ ਹਾਂ, ਬਹੁਤ ਸਾਰੀਆਂ ਕੁੜੀਆਂ ਦੇ, ਇੱਧਰ ਦੋ ਤਿੰਨ ਕੰਨੀ ਕੁੜੀਆਂ ਦੇ ਬਠਿੰਡੇ ਕੰਨੀ ਰੌਲੇ ਸੀ, ਉਹ ਨੰਬੜਾ ਕੁਝ ਖਾਸ ਪੰਜਾਬ 'ਚ ਖਾਸੀਆਂ ਕੁੜੀਆਂ ਸੀਗੀਆਂ, ਮੈਂ ਸਾਰੀਆਂ ਕੁੜੀਆਂ ਨੂੰ ਭੈਣ ਮੰਨਦਾ ਸਾਰੀਆਂ ਨੂੰ। ਕੁਛ ਕੁ ਸਾਲ ਪਹਿਲਾਂ ਗਰਲਫ੍ਰੈਂਡ ਬਣਾਈ ਸੀਗੀ, ਇਹਦੇ ਬਾਅਦ 'ਚ ਗਰਲਫ੍ਰੈਂਡ ਜੀ ਕੋਈ ਬਣਾਈ ਨਾ, ਮੈਂ ਕਿਸੇ ਆਇਆ, ਉਹ ਵੀ ਮੈਨੂੰ ਕਹਿੰਦੇ ਹੁੰਦੀ ਸੀ ਵੀ ਮੇਰੇ ਨਾਲ ਗਲਤ ਕੰਮ ਕਰ ਲਾ, ਮੈਂ ਕਿਹਾ ਨਾ ਮੈਂ ਗਲਤ ਕੰਮ ਕਰਨਾ ਹੀ ਨਹੀਂ। ਬਾਬੇ ਇੱਕ ਪਹਿਲਾ ਬੰਦਾ ਜਿਹਨੂੰ ਕੁੜੀ ਕਹਿੰਦੀ ਹੋਵੇ ਮੇਰੇ ਨਾਲ ਗਲਤ ਕੰਮ ਕਰ ਲਾ, ਵੀ ਗਲਤ ਕੰਮ ਨਹੀਂ ਕਰਿਆ, ਨਾ ਮੈਂ ਕਰਾਂ, ਮੈਨੂੰ ਕੀ ਲੋੜ ਹੈ ਗਲਤ ਕੰਮ ਕਰਨ ਦੀ। ਜ਼ਿਆਦਾਤਰ ਸਿੰਗਰਾਂ ਦੀ ਮੈਂ ਗੱਲ ਕਰਦਾ, ਜਿਹੜੇ ਸਿੰਗਰ ਨੇਗੇ ਇਹ ਭੈਣ ਚੋਦ ਜਿਹਨਾਂ ਨੂੰ ਕੁੜੀਆਂ ਫੋਲੋ ਕਰਦੀਆਂ ਨੇਗੀਆਂ, ਮੰਨ ਕੇ ਚੱਲ ਹਰ ਇੱਕ ਤੇ ਚੜ੍ਹਨ ਨੂੰ ਤਿਆਰ ਰਹਿੰਦੇ ਨੇਗੇ ਬਹੁਤ ਗਲਤ ਕੰਮ ਕਰਨ ਨੂੰ। ਸੰਤਾਂ ਦਾ ਇੱਕ ਅਸੂਲ ਹੁੰਦਾ ਵੀ ਸੰਤ ਭੈਣ ਚੋਦ ਬੋਲਣ 'ਚ ਸੰਤਾਂ ਦਾ ਸੁਭਾਅ ਬੈੜਾ ਹੁੰਦਾ, ਕੌੜਾ ਹੁੰਦਾ, ਸੰਤਾਂ ਦਾ ਕੀ ਪਤਾ ਕਿਹੜੇ ਵੇਲੇ ਕਿਤੇ ਬਚਨ ਕਰ ਦੇਣ, ਗਾਲਾਂ ਗੂਲਾਂ ਸੰਤ ਐਵੇਂ ਕੱਢ ਦੀ ਦਿੰਦੇ ਨੇ। ਇਹ ਤੁਹਾਨੂੰ ਕੁੜੀਓ ਬਹੁਤ ਵੱਡਾ ਭੁਲੇਖਾ ਹੈ, ਬਹੁਤ ਵੱਡਾ। ਕੁੜੀਆਂ ਬਹੁਤ ਜ਼ਿਆਦਾ ਕਹਿੰਦੇ ਨੇ ਗੰਦ ਬੋਲਦੇ ਨੇ, ਇਹ ਬੋਲਦੇ ਨੇ, ਇਹ ਗੰਦ ਨਹੀਂ ਹੈਗਾ, ਇਹ ਤਾਂ ਭੈਣ ਚੋਦਾ ਬਹੁਤ ਪਵਿੱਤਰ ਪਵਿੱਤਰ ਗੱਲਾਂ ਨੇਗੀਆਂ, ਪਵਿੱਤਰ ਸਮਝੋ ਤੁਹਾਡੀ ਭੈਣ ਦਾ ਲਾਣਾ ਤੁਹਾਡੀ ਦੇ। ਮੰਨ ਕੇ ਚੱਲ ਇੱਕ ਤਾਂ ਅੰਗਰੇਜ਼ੀ 'ਚ ਗਾਲ ਕੱਢ ਦੇਣੀ, ਅੰਗਰੇਜ਼ੀ 'ਚ ਗਾਲ ਪਤਾ ਕਿਵੇਂ ਕੱਢਦੇ ਨੇਗੇ, ਅੰਗਰੇਜ਼ੀ 'ਚ ਗਾਲ ਕੱਢ ਦੇਣੀ ਫੱਕ ਮੈਨ ਫੱਕ ਫੱਕ ਮੈਨ, ਇਹ ਕੋਈ ਗੱਲ ਬਣੀ। ਸਿੱਧਾ ਪੰਜਾਬੀ 'ਚ ਆਪਦਾ ਸੰਦਲੀ ਵਿਰਸੇ ਨੂੰ ਸੰਭਾਲ ਕੇ ਰੱਖੋ, ਤੇਰੀ ਬੁੰਡ ਮਾਰੂੰਗਾ ਤੇਰੇ ਟੱਟੇ ਫੜ ਲਓ, ਸਿੱਧਾ ਆਪਦਾ ਸੰਦਲੀ ਵਿਰਸੇ ਨੂੰ ਸੰਭਾਲ ਕੇ ਰੱਖੋ। ਜਿਹੜਾ ਤੁਸੀਂ ਅੰਗਰੇਜ਼ੀ 'ਚ ਸ਼ਬਦ ਯੂਜ਼ ਕਰਦੇ ਹੋ ਉਹ ਪੰਜਾਬੀ 'ਚ ਵੀ ਯੂਜ਼ ਕਰ ਸਕਦੇ ਹੋ, ਉਹ ਸੰਦਲੀ ਵਿਰਸਾ। ਸੰਦਲੀ ਵਿਰਸੇ ਨੂੰ ਆਪਦੇ ਨੂੰ ਕਿਵੇਂ ਅਸੀਂ ਭੁੱਲ ਸਕਦੇ ਹਾਂ, ਭੈਣ ਚੋਦਾ ਜੇ ਅਸੀਂ ਗਾਲਾਂ, ਅਸੀਂ ਆਪਦਾ ਸੰਦਲੀ ਵਿਰਸੇ ਨੂੰ ਆਪਦੇ ਗਾਲਾਂ ਦੇ ਸੰਬੰਧ 'ਚ ਅਸੀਂ ਸੰਦਲੀ ਵਿਰਸੇ ਨੂੰ ਜੋੜ ਕੇ ਰੱਖਦੇ ਹਾਂ। ਬਹੁਤ ਸਮਾਂ ਚੱਲ
ਜਿੰਨਾ ਤੁਹਾਨੂੰ ਬੰਦਾ ਤੁਹਾਨੂੰ ਦੇਖਣ ਨੂੰ ਵਧੀਆ ਲੱਗੂਗਾ ਵੀ ਇਹ ਬਹੁਤ ਵਧੀਆ ਬੰਦਾ ਓਨਾ ਲੁੱਚਾ ਹੋਊਗਾ, ਜਿੰਨਾ ਬੰਦਾ ਲੁੱਚਾ ਹੋਊਗਾ ਓਨਾ ਹੀ ਵਧੀਆ ਹੋਊਗਾ। ਇਹ ਵੀ ਤੁਹਾਨੂੰ ਮੈਂ ਗੱਲ ਕਹਿ ਦੇਣਾ ਚਾਹੁੰਦਾ, ਬਹੁਤ ਵੱਡੀ ਐਗਜਾਮਪਲ ਆ ਉਦਾਹਰਨਾ ਮੀਆਂ ਖਲੀਫਾ, ਮੀਆਂ ਖਲੀਫਾ ਨੂੰ ਕਹਿੰਦੇ ਰਹਿੰਦੇ ਨੇ ਵੀ ਇਹ ਬਹੁਤ ਲੁੱਚੀ ਆ, ਸਣੀ ਲਾਉਣ ਨੂੰ ਕਹਿੰਦੇ ਰਹਿੰਦੇ ਨੇ ਵੀ ਇਹ ਚੱਲ ਮੈਨੂੰ ਪਤਾ ਲੱਗਾ ਵੀ ਉਹ ਗੰਦੀਆਂ ਫਿਲਮਾਂ ਬਣਾਉਂਦੇ ਨੇ। ਮੈਂ ਦੇਖੀ ਤਾਂ ਕੋਈ ਨਹੀਂ ਹੈਗੀ, ਨਾ ਮੈਂ ਸਣੀ ਲਾਉਣ ਦੀ ਕਿਤੇ ਗੰਦੀ ਫਿਲਮ ਦੇਖੀ ਆ, ਨਾ ਮੈਂ ਮੀਆਂ ਖਲੀਫਾ ਦੀ। ਮੈਂ ਮੀਆਂ ਖਲੀਫਾ ਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਦੇਖਿਆ ਵੀ ਉਹ ਗੰਦੀਆਂ ਫਿਲਮਾਂ ਬਣਾਉਂਦੀਆਂ ਨੇਗੀਆਂ, ਬਹੁਤ ਭਗਤਰੀਆਂ ਕੁੜੀਆਂ ਨੇ, ਬਹੁਤ ਵਧੀਆ ਕੁੜੀਆਂ ਨੇਗੀਆਂ ਉਹ ਇੰਨੀਆਂ ਵਧੀਆ ਕੁੜੀਆਂ ਨੇ, ਬਹੁਤ ਵਧੀਆ ਦੋਨੇ। ਚਲੋ ਗੰਦਾ ਕੰਮ ਕਰਦੇ ਨੇ ਆਪਦਾ ਜਗ੍ਹਾ ਕਰਦੇ ਨੇ, ਉਹ ਕੋਈ ਗੰਦਾ ਕੰਮ ਕਰਦੇ ਨੇ ਅਤੇ ਉਹ ਕੋਈ ਗੰਦਾ ਕੰਮ ਕਰਦੇ ਨੇ ਆਪਦਾ ਕਰਦੇ ਨੇ ਆਪਦੇ ਘਰੇ ਕਰਦੇ ਨੇਗੇ, ਠੀਕ ਆ, ਕਰੀ ਜਾਣ ਅਗਲਾ ਆਪਦੇ ਭੈਣ ਚੋਦਾ ਸਿਰ 'ਤੇ ਕਰਦਾ। ਪਰ ਲੋਕਾਂ ਦੇ ਪ੍ਰਤੀ ਉਹ ਇੰਨੀਆਂ ਜ਼ਿਆਦਾ ਚੰਗੀਆਂ ਨੇ, ਬਹੁਤ ਜ਼ਿਆਦਾ ਚੰਗੀਆਂ ਨੇਗੀਆਂ। ਭੈਣ ਚੋ ਸਣੀ ਲਾਉਣ ਨੇ ਹੜ ਆਇਆ ਸੀਗਾ, ਪਤਾ ਨਹੀਂ ਕਿੰਨੇ ਕਰੋੜ ਰੁਪਇਆ ਹੜ 'ਚ ਹੀ ਬਣਤਾ ਆਪਦੀ ਇਨਕਮਿੰਗ। ਆਹ ਜਿਹੜੇ ਲੌਂਡੇ ਜੋ ਸਿੰਗਰ ਆ ਕੋਈ ਬੰਡੀ ਦੇ ਹੀ ਨਹੀਂ ਸਕਦੇ। ਮੈਂ ਸਣੀ ਲਾਉਣ ਨੂੰ ਬਹੁਤ ਵਧੀਆ ਮੰਨਦਾ, ਵਿਚਾਰੀ ਮੀਆਂ ਖਲੀਫਾ ਉਹ ਬਹੁਤ ਦਾਨੀ ਹੈ, ਬਹੁਤ ਦਾਨ ਕਰਦੀ ਹੈ। ਮੈਂ ਵੀ ਉਹਨੂੰ ਕਿਹਾ ਵੀ ਤੂੰ ਇੱਧਰ ਪੰਜਾਬ 'ਚ ਵੀ ਆ ਕੇ ਦਾਨ ਕਰ ਆਪਦੀ। ਅਤੇ ਆਹ ਡਨਵਨ ਜਿਹੜੀਆਂ ਦੇਖ ਲਓ, ਉਹ ਵੀ ਯਾਰਾਂ ਦਾ ਯਾਰ ਹੈ, ਅਮਰੀਕਾ 'ਚ ਹੜ ਆਇਆ ਸੀਗਾ, ਭੈਣ 'ਚ ਉਹਦਾ ਉਹ ਆਪਦਾ ਰੱਖਦਾ ਠੀਕ ਆ, ਉਹਦਾ ਬੰਦੇ ਦਾ ਉਹ ਵੀ ਪੂਰਾ ਚੱਲ ਕਰਦਾ, ਉਹ ਵੀ ਇੱਕ ਪੋਰਨ ਸਟਾਰ ਹੈ, ਉਹ ਵੀ ਬੰਦਾ ਬਹੁਤ ਵਧੀਆ ਡਰਮ ਜਿਹੜੀਆਂ ਨੂੰ। ਜਿੰਨੇ ਲੱਚੇ ਲੁੰਡੇ ਬੰਦੇ ਦੇਖਣ ਨੂੰ ਤੁਹਾਨੂੰ ਲੱਗਦੇ ਨੇ ਵੀ ਆਹ ਬੰਦਾ ਲੁੱਚਾ ਲੰਡਾ, ਤੁਹਾਨੂੰ ਸਾਡੇ 'ਤੇ ਅਸੀਂ ਵੀ ਕੁੜੀਆਂ ਨੂੰ ਬਹੁਤ ਲੱਗਦੇ ਵੀ ਇਹ ਲੁੱਚੇ ਲੰਡੇ ਨੇਗੇ, ਉਹਦੀ ਤੁਸੀਂ ਰੀਅਲ ਬਾਰੇ ਜਾਣ ਕੇ ਦੇਖੋ ਵੀ ਇਹ ਬੰਦਾ ਕਿਸ ਤਰ੍ਹਾਂ ਦਾ। ਜਿੰਨਾ ਤੁਹਾਨੂੰ ਭੈਣ 'ਚ ਉਹਦਾ ਵੀ ਉੱਪਰੋਂ ਬੰਦਾ ਵਧੀਆ ਲੱਗਦਾ ਹੋਊਗਾ, ਉਹਨਾਂ ਭੈਣ 'ਚ ਉਹ ਹੋਊਗਾ ਚਿਦਾਕੜ, ਹੋਊ ਬਹੁਤ ਜ਼ਿਆਦਾ ਚਿਦਾਕੜੂ। ਮੁੰਡੇ ਜਿਹੜੇ ਮਨ ਕੇ ਜਦ ਦੇਖਣ ਨੂੰ ਵਧਦਾ, ਚਾਰ ਚਾਰ ਪੰਜ ਪੰਜ ਗਰਲਫ੍ਰੈਂਡਾਂ ਰੱਖੀ ਫਿਰਦੇ ਨੇ, ਕਿਤੇ ਉਹਦੇ ਬਾਗੇ ਕਿਤੇ ਉਹਨੂੰ ਲੈ ਗਏ ਕਿਤੇ ਉਹਨੂੰ ਲੈ ਗਏ। ਅੱਜ ਤਿੱਕਰ ਬਾਬੇ ਕਾਫੀ ਸਾਲ ਪਹਿਲਾਂ ਇੱਕ ਗਰਲਫ੍ਰੈਂਡ ਬਣੀ ਸੀ, ਉਦੋਂ ਬਾਅਦ 'ਚ ਕੋਈ ਮਰੀ ਗਰਲਫ੍ਰੈਂਡ ਨਹੀਂ ਬਣੀ। ਉਹਦੇ ਨਾਲ ਵੀ ਮੈਂ ਕੋਈ ਗਲਤ ਕੰਮ ਨਹੀਂ ਕਰਿਆ, ਵਰਜਣ ਸੀਗਾ, ਮੈਂ ਮੰਨ ਕੇ ਚੱਲ ਮੈਂ ਕੋਈ ਗਲਤ ਕੰਮ ਨਹੀਂ ਕਰਿਆ। ਅਤੇ ਵਰਜਣ ਅੱਜ ਕੱਲ੍ਹ ਮੰਨ ਕੇ ਚੱਲ ਬੰਦੇ ਦਾ ਭੈਣ 'ਚ ਸਿਦਕ 'ਤੇ ਰਹਿਣਾ ਬਹੁਤ ਅੱਜ ਕੱਲ੍ਹ ਦੀ ਟਾਈਮ ਦੇ ਵਿੱਚ ਬਹੁਤ ਔਖੀ ਗੱਲ ਹੈ, ਅਸੀਂ ਬਾਬੇ ਉਹਦੇ ਸਿਦਕ 'ਤੇ ਪੱਕੇ ਹਾਂ, ਠੀਕ ਹੈ। ਭੈਣ 'ਚ ਗ੍ਰਿਸਤੀ ਧਾਰਨ ਜਿਹੜੇ ਸੰਤ, ਪਹਿਲੀ ਗੱਲ ਤਾਂ ਉਹ ਸੰਤ ਨਹੀਂ ਬਣ ਸਕਦਾ ਜਿਹਨੇ ਗ੍ਰਿਸਤੀ ਜੀਵਨ ਧਾਰਨ ਕਰ ਲਿਆ ਹੈ, ਤੇ ਤਾਂ ਕਰਕੇ ਮੈਂ ਤੁਹਾਨੂੰ ਗੱਲ ਸਮਝਾਉਣਾ ਵੀ ਕੁੜੀਆਂ ਨੂੰ ਵੀ ਤੁਸੀਂ ਐਵੇਂ ਨਾਲ ਗਲਤ ਸੋਚਿਆ ਕਰੋ, ਕੁੜੀਓ ਗਾਲਾਂ ਕੱਢਦੇ ਨੇ ਐਵੇਂ ਕਰਦੇ ਨੇ ਜਾਂ ਹੋਰ ਕੱਢਦੇ ਨੇ, ਇਹ ਭੈਣ 'ਚ ਦਾ ਸੰਦਲੀ ਵਿਰਸਾ ਹੈ, ਸੰਦਲੀ ਵਿਰਸੇ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਜੇ ਭੈਣ 'ਚ ਦਾ ਗਾਲਾਂ ਅਸੀਂ ਕੱਢਣ ਨੂੰ ਹਟ ਕੇ ਸੰਦਲੀ ਵਿਰਸਾ ਖਤਮ ਹੋ ਜੂ, ਇਹਨੂੰ ਸੰਦਲੀ ਵਿਰਸੇ ਨੂੰ ਮੈਂ ਤਾਂ ਕਹਿਣਾ ਵੀ ਹੋਰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਅਸੀਂ ਕਰਾਂਗੇ ਆਉਣ ਵਾਲੇ ਟਾਈਮ 'ਚ, ਕੋਸ਼ਿਸ਼ਾਂ ਜਾਰੀ ਨੇ। ਜਿਹੜੀਆਂ ਕੁੜੀਆਂ ਗੱਲਾਂ ਬਣਾਉਂਦੇ ਨੇ ਬਣਾਏ ਜਾਣ, ਕੋਈ ਚੱਕਰ ਨਹੀਂ। ਬਾਕੀ ਮੈਨੂੰ ਜਿਹੜੀਆਂ ਕੁੜੀਆਂ ਪਸੰਦ ਨੇਗੀਆਂ, ਮੈਨੂੰ ਫੋਕਰੀਆਂ ਦੀਆਂ ਕੁੜੀਆਂ ਬਿਲਕੁਲ ਪਸੰਦ ਨਹੀਂ, ਫੋਕਰੀਆਂ ਦੀਆਂ ਕੁੜੀਆਂ ਗੱਲਾਂ ਬਣਾਉਂਦੀਆਂ ਹੋਣਗੀਆਂ। ਕਹਿੰਦਾ ਲੰਡਾ ਲੁੱਚਾ ਚੌਧਰੀ ਗੁੰਡੀ ਰਨ ਪ੍ਰਧਾਨ, ਲੰਡਾ ਲੁੱਚਾ ਚੌਧਰੀ ਗੁੰਡੀ ਰਨ ਪ੍ਰਧਾਨ, ਉਹ ਆਪਦੇ ਮਰੀ ਜਾਣਗੀਆਂ। ਬਾਕੀ ਮੈਨੂੰ ਪਤਾ ਮੈਨੂੰ ਕੁੜੀਆਂ ਬਹੁਤ ਜ਼ਿਆਦਾ ਭਰਾ ਮੰਨਦੇ ਨੇ, ਬਹੁਤ ਜ਼ਿਆਦਾ ਮੰਨ ਕੇ ਚੱਲ, ਜਿਹੜੀਆਂ ਸਿੰਪਲ ਜਿਹੀਆਂ ਕੁੜੀਆਂ ਨੇ ਵਿਚਾਰੀਆਂ, ਹੈ ਨਾ, ਸਿੱਧੇ ਸਾਧੇ ਮੈਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਨੇ, ਮੈਂ ਦੇਖਿਆ ਬਹੁਤ ਜ਼ਿਆਦਾ ਸਾਨੂੰ ਮੈਨੂੰ ਫੋਲੋ ਕਰਦੀਆਂ ਨੇਗੀਆਂ। ਅਤੇ ਜਿਹੜੀਆਂ ਮਨ ਇੱਕ ਜਾਂ ਸਾਨੂੰ ਫੋਲੋ ਕਰਦੇ ਨੇ ਕਾਲੇ ਤੇਲ ਵਾਲੀਆਂ, ਜਮਾਂ ਜ਼ਿਆਦਾ ਜਮਾਂ ਨੋਰਮਲ ਨਰਮ ਜਿਹੀਆਂ ਕੁੜੀਆਂ, ਜਾਂ ਜਮਾਂ ਕਾਲੇ ਤੇਲ ਵਾਲੀਆਂ, ਜਿਹੜਾ ਜਿਵੇਂ ਵੀ ਤੁਸੀਂ ਉੱਪਰੋਂ ਲੰਡੇ ਲੁੱਚੇ ਦੇਖਦੇ ਹੋ, ਕਿਵੇਂ ਮਰਜ਼ੀ ਕੋਈ ਕਹਿੰਦਾ ਤੁਹਾਨੂੰ ਭੌਂਕਦੇ ਇਹ ਬੋਲਦੇ, ਜੋ ਮਰਜ਼ੀ ਕੋਈ ਦੁਨੀਆ ਭੌਂਕੀ ਜਾਣ ਦੇ, ਕਿਸੇ ਦਾ ਦਿਲੋਂ ਨਾ ਮਾੜਾ ਕਰੋ, ਮੰਨ ਕੇ ਚੱਲ ਜੋ ਕੋਈ ਬੰਦਾ ਸਹਿਮਤ ਹੈ ਤੁਹਾਡਾ ਕੰਮ ਬਣਦਾ ਬਣਾਓ। ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਡਾ ਸਹਿਮਤੀ ਹੈ ਕਿਤੇ ਤੁਸੀਂ ਤੁਹਾਡੀ ਗਰਲਫ੍ਰੈਂਡ ਨਾਲ ਤੁਸੀਂ ਕੰਮ ਕਰ ਸਕਦੇ ਹੋ, ਹੁਣ ਮੈਂ ਤੁਹਾਨੂੰ ਗ੍ਰਿਫਤ ਕਰ ਸਕਦੇ ਹੋ। ਜਿਹੜਾ ਬੰਦਾ ਰੇਪ ਕਰਦਾ ਇੱਕ ਬੰਦਾ ਭੈਣ ਜੋ ਧੱਕੇ ਨਾਲ ਚਿੰਬੜਦਾ, ਉਹ ਬਹੁਤ ਗਲਤ ਗੱਲ ਹੈ, ਉਹ ਬਹੁਤ ਨਜਾਇਜ਼ ਗਲਤ ਗੱਲ ਹੈ। ਅਤੇ ਤਾਂ ਕਰਕੇ ਮੈਂ ਗੱਲ ਕਰ, ਉਹਦੇ ਨਾਲ ਵੀ ਮੈਂ ਕੋਈ ਗਲਤ ਕੰਮ ਨਹੀਂ ਕਰਿਆ, ਵਰਜਣ ਸੀਗਾ, ਮੈਂ ਮੰਨ ਕੇ ਚੱਲ ਮੈਂ ਕੋਈ ਗਲਤ ਕੰਮ ਨਹੀਂ ਕਰਿਆ। ਅਤੇ ਵਰਜਣ ਅੱਜ ਕੱਲ੍ਹ ਮੰਨ ਕੇ ਚੱਲ ਬੰਦੇ ਦਾ ਭੈਣ 'ਚ ਸਿਦਕ 'ਤੇ ਰਹਿਣਾ ਬਹੁਤ ਅੱਜ ਕੱਲ੍ਹ ਦੀ ਟਾਈਮ ਦੇ ਵਿੱਚ ਬਹੁਤ ਔਖੀ ਗੱਲ ਹੈ, ਅਸੀਂ ਬਾਬੇ ਉਹਦੇ ਸਿਦਕ 'ਤੇ ਪੱਕੇ ਹਾਂ, ਠੀਕ ਹੈ। ਭੈਣ 'ਚ ਗ੍ਰਿਸਤੀ ਧਾਰਨ ਜਿਹੜੇ ਸੰਤ, ਪਹਿਲੀ ਗੱਲ ਤਾਂ ਉਹ ਸੰਤ ਨਹੀਂ ਬਣ ਸਕਦਾ ਜਿਹਨੇ ਗ੍ਰਿਸਤੀ ਜੀਵਨ ਧਾਰਨ ਕਰ ਲਿਆ ਹੈ, ਤੇ ਤਾਂ ਕਰਕੇ ਮੈਂ ਤੁਹਾਨੂੰ ਗੱਲ ਸਮਝਾਉਣਾ ਵੀ ਕੁੜੀਆਂ ਨੂੰ ਵੀ ਤੁਸੀਂ ਐਵੇਂ ਨਾਲ ਗਲਤ ਸੋਚਿਆ ਕਰੋ, ਕੁੜੀਓ ਗਾਲਾਂ ਕੱਢਦੇ ਨੇ ਐਵੇਂ ਕਰਦੇ ਨੇ ਜਾਂ ਹੋਰ ਕੱਢਦੇ ਨੇ, ਇਹ ਭੈਣ 'ਚ ਦਾ ਸੰਦਲੀ ਵਿਰਸਾ ਹੈ, ਸੰਦਲੀ ਵਿਰਸੇ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਜੇ ਭੈਣ 'ਚ ਦਾ ਗਾਲਾਂ ਅਸੀਂ ਕੱਢਣ ਨੂੰ ਹਟ ਕੇ ਸੰਦਲੀ ਵਿਰਸਾ ਖਤਮ ਹੋ ਜੂ, ਇਹਨੂੰ ਸੰਦਲੀ ਵਿਰਸੇ ਨੂੰ ਮੈਂ ਤਾਂ ਕਹਿਣਾ ਵੀ ਹੋਰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਵੇ, ਅਸੀਂ ਕਰਾਂਗੇ ਆਉਣ ਵਾਲੇ ਟਾਈਮ 'ਚ, ਕੋਸ਼ਿਸ਼ਾਂ ਜਾਰੀ ਨੇ। ਜਿਹੜੀਆਂ ਕੁੜੀਆਂ ਗੱਲਾਂ ਬਣਾਉਂਦੇ ਨੇ ਬਣਾਏ ਜਾਣ, ਕੋਈ ਚੱਕਰ ਨਹੀਂ। ਬਾਕੀ ਮੈਨੂੰ ਜਿਹੜੀਆਂ ਕੁੜੀਆਂ ਪਸੰਦ ਨੇਗੀਆਂ, ਮੈਨੂੰ ਫੋਕਰੀਆਂ ਦੀਆਂ ਕੁੜੀਆਂ ਬਿਲਕੁਲ ਪਸੰਦ ਨਹੀਂ, ਫੋਕਰੀਆਂ ਦੀਆਂ ਕੁੜੀਆਂ ਗੱਲਾਂ ਬਣਾਉਂਦੀਆਂ ਹੋਣਗੀਆਂ। ਕਹਿੰਦਾ ਲੰਡਾ ਲੁੱਚਾ ਚੌਧਰੀ ਗੁੰਡੀ ਰਨ ਪ੍ਰਧਾਨ, ਲੰਡਾ ਲੁੱਚਾ ਚੌਧਰੀ ਗੁੰਡੀ ਰਨ ਪ੍ਰਧਾਨ, ਉਹ ਆਪਦੇ ਮਰੀ ਜਾਣਗੀਆਂ। ਬਾਕੀ ਮੈਨੂੰ ਪਤਾ ਮੈਨੂੰ ਕੁੜੀਆਂ ਬਹੁਤ ਜ਼ਿਆਦਾ ਭਰਾ ਮੰਨਦੇ ਨੇ, ਬਹੁਤ ਜ਼ਿਆਦਾ ਮੰਨ ਕੇ ਚੱਲ, ਜਿਹੜੀਆਂ ਸਿੰਪਲ ਜਿਹੀਆਂ ਕੁੜੀਆਂ ਨੇ ਵਿਚਾਰੀਆਂ, ਹੈ ਨਾ, ਸਿੱਧੇ ਸਾਧੇ ਮੈਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਨੇ, ਮੈਂ ਦੇਖਿਆ
ਬਹੁਤ ਜ਼ਿਆਦਾ ਸਾਨੂੰ ਮੈਨੂੰ ਫੋਲੋ ਕਰਦੀਆਂ ਨੇਗੀਆਂ ਤੇ ਜਿਹੜੀਆਂ ਮਨ ਇੱਕ ਜਾਂ ਸਾਨੂੰ ਫੋਲੋ ਕਰਦੇ ਨੇ ਕਾਲੇ ਤੇਲ ਵਾਲੀਆਂ ਜਮਾਂ ਜ਼ਿਆਦਾ ਜਮਾਂ ਨੋਰਮਲ ਨਰਮ ਜਿਹੀਆਂ ਕੁੜੀਆਂ ਜਾਂ ਜਮਾਂ ਕਾਲੇ ਤੇਲ ਵਾਲੀਆਂ ਜਿਹੜਾ ਜਿਵੇਂ ਵੀ ਤੁਸੀਂ ਉੱਪਰੋਂ ਲੰਡੇ ਲੁੱਚੇ ਦੇਖਦੇ ਹੋ ਕਿਵੇਂ ਮਰਜ਼ੀ ਕੋਈ ਕਹਿੰਦਾ ਤੁਹਾਨੂੰ ਭੌਂਕਦੇ ਇਹ ਬੋਲਦੇ ਜੋ ਮਰਜ਼ੀ ਦੁਨੀਆਂ ਭੌਂਕੀ ਜਾਣ ਦੇ ਕਿਸੇ ਦਾ ਦਿਲੋਂ ਨਾ ਮਾੜਾ ਕਰੋ ਮੰਨ ਕੇ ਚੱਲ ਜਾਓ।